ਗੁਰੂ ਗ੍ਰੰਥ ਸਾਹਿਬ ਗੁਰੂ ਹੈ। ਉਸ ਗੁਰੂ ਗ੍ਰੰਥ ਸਾਹਿਬ ਵਿੱਚ ਲੱਖ ਵਾਰੀ ਲਿਖਿਆ, ਲੱਖ ਵਾਰੀ, ਕਿ ਸਾਧੂ ਦੀ ਸੰਗਤ 'ਚ ਜਾ, ਸਾਧੂ ਨੂੰ ਤਨ ਮਨ ਦੇ। ਸੰਤਾਂ ਕੀ ਹੋਏ ਦਾਸਰੀ, ਸੰਤਾਂ ਦੀ ਹੋ ਰੇਣ, ਸੰਤਾਂ ਦੀ ਧੂੜ, ਮੋਕੋ ਕਰ ਸੰਤਨ ਕੀ ਧੂਰੇ, ਮੁੱਖ ਲਾਗੇ ਸੰਤਰੇ ਨਾਰੇ, ਜਨ ਕੀ ਧੂਰ ਦਿਓ ਕਿਰਪਾ। ਲੱਖਾਂ ਵਾਰੀ, ਲੱਖਾਂ ਵਾਰੀ। ਤੇ ਫਿਰ ਗੁਰੂ ਕੀ ਕਹਿ ਰਿਹਾ ਹੈ? ਇਹ ਤਾਂ ਸਾਡੇ ਕੋਲ ਹੈ ਹੀ ਨਹੀਂ ਕਿ ਅਸੀਂ ਧੂੜ ਬਣ ਜਾਈਏ, ਨਿਮਰਤਾ ਗਰੀਬੀ 'ਚ ਆ ਜਾਈਏ, ਸਾਧ ਸੰਗਤ ਦੇ ਵਿੱਚ। ਸਾਧ ਸੰਗਤ ਦੇ ਵਿੱਚ ਪਰਮਾਤਮਾ ਦਾ ਰੰਗ ਦੇਖੀਏ। ਬਾਬਾ ਆਨੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਸੰਗਤ ਸੋਭਾ ਸੁਣ ਕੇ, ਕਿ ਬੜੇ ਮਹਾਂਪੁਰਖ, ਫੁਰਨਾ ਕੀ ਬਣਾਇਆ, ਪੂੜੀਆਂ ਅਤੇ ਛੋਲਿਆਂ ਦਾ ਲੰਗਰ ਖਿਲਾਉਣਗੇ ਨਾ ਤਾਂ ਤਾਂ ਮੰਨਾਂਗੇ ਮਹਾਂਪੁਰਸ਼ ਪੂਰੇ ਆ। ਬਾਬਾ ਜੀ ਡਿਪਟੀ ਨਰਿੰਦਰ ਸਿੰਘ ਮੱਥਾ ਟੇਕਣ ਆਏ। ਬਾਬਾ ਜੀ ਕਹਿੰਦੇ, ਡਿਪਟੀ ਸਾਹਿਬ, ਲੰਗਰ ਨਹੀਂ ਪੱਕਦਾ ਸੀ ਨਾਨਕਸਰ 'ਚ, ਪੱਕਿਆ ਪਕਾਇਆ ਆਉਂਦਾ ਸੀ, ਕਿ ਡਿਪਟੀ ਜੀ ਜਾਓ ਮੋਗੇ ਅਤੇ ਪੂੜੀਆਂ ਅਤੇ ਛੋਲਿਆਂ ਦੇ ਲੰਗਰ ਬਣਾ ਕੇ ਲਿਆਓ, ਵੱਡੇ ਟੋਕਰਿਆਂ 'ਚ ਪੂੜੀਆਂ ਪਾ ਲਿਓ, ਨਾਲ ਕੜਾਹ ਬਣਾ ਲਿਓ, ਨਾਲ ਛੋਲਿਆਂ ਦਾ ਲੰਗਰ ਬਣਾ ਲਿਓ, ਬਾਲਟੀਆਂ ਟੱਪਾਂ 'ਚ ਲੈ ਕੇ ਆਇਓ, ਬਣਾ ਕੇ ਖੁੱਲ੍ਹਾ ਸੰਗਤ ਵਾਸਤੇ। ਡਿਪਟੀ ਜੀ ਚਲੇ ਗਏ ਮੋਗੇ ਲੰਗਰ ਤਿਆਰ ਕਰਾਉਣ। ਉੱਧਰੋਂ ਸੰਗਤ ਅੰਮ੍ਰਿਤਸਰ ਆ ਗਈ, ਇੱਧਰੋਂ ਲੰਗਰ ਵੀ ਪਹੁੰਚ ਗਿਆ। ਸੰਗਤ ਨੂੰ ਜੀ ਆਇਆ ਆ ਕੇ ਬਾਬਾ ਜੀ ਨੇ ਕਿਹਾ, ਬਈ ਸੰਗਤ ਗੁਰੂ ਕੀ ਨਗਰੀ ਤੋਂ ਆਈ ਹੈ, ਇਹਨਾਂ ਨੂੰ ਵਿਸ਼ੇਸ਼ ਲੰਗਰ ਛਕਾਓ, ਪੂੜੀਆਂ ਅਤੇ ਛੋਲੇ ਅਤੇ ਨਾਲ ਹਲਵਾ। ਸੰਗਤ ਕਰਨ ਲੱਗੀ, ਧੰਨ ਬਾਬਾ ਆਨੰਦ ਸਿੰਘ ਜੀ, ਬੜੇ ਮਹਾਂਪੁਰਖੇ, ਬੜੇ ਮਹਾਂਪੁਰਖੇ, ਜਾਣਦੇ ਆ ਅੰਤਰਜਾਮੀ, ਬਹੁਤ ਰੱਜ ਰੱਜ ਕੇ ਲੰਗਰ ਛਕਿਆ। ਹੁਣ ਵਾਪਸੀ ਜਦੋਂ ਸੰਗਤ ਜਾਣ ਲੱਗੀ, ਕਹਿੰਦੀ, ਬਾਬਾ ਜੀ ਕਿਰਪਾ ਕਰੋ, ਨਾਮਦਾਨ ਬਖਸ਼ੋ, ਭਗਤੀ ਸਿਮਰਨ ਬਖਸ਼ੋ, ਭਾਵਨਾ ਬਖਸ਼ੋ, ਸੰਤਾਂ ਮਹਾਂਪੁਰਸ਼ਾਂ ਦੇ ਕੋਲ ਕਿਰਪਾ ਬਖਸ਼ਿਸ਼ ਹੁੰਦੀ ਹੈ, ਸਾਡੇ 'ਤੇ ਕਰੋ, ਕਿ ਸਾਡਾ ਮਨ ਗੁਰਬਾਣੀ ਦੇ ਨਾਲ ਜੁੜੇ, ਮਨ ਦੇ ਵਿਕਾਰ ਪਿੱਛੇ ਹਟਣ, ਅਸੀਂ ਨਾਮ ਜਪੀਏ। ਬਾਬਾ ਜੀ ਕਹਿੰਦੇ, ਨਹੀਂ, ਇਹ ਗੱਲ ਝੂਠੀ ਹੈ, ਇਹ ਝੂਠੀ। ਤੁਹਾਡਾ ਅਤੇ ਸਾਡਾ ਵਾਅਦਾ ਘਰ ਤੋਂ ਚੱਲਣ ਲੱਗਿਆ ਪੂੜੀਆਂ ਛੋਲਿਆਂ ਦਾ ਸੀ, ਨਾਮ ਦਾ ਨਹੀਂ ਸੀ। ਤੁਸੀਂ ਚੱਲਣ ਲੱਗਿਆ ਇਹ ਨਹੀਂ ਕਿਹਾ ਸੀ ਜੇ ਮਹਾਂਪੁਰਸ਼ ਪੂਰੇ ਆ ਤਾਂ ਨਾਮ ਦੀ ਦਾਤ ਦੇਣਗੇ, ਪਾਪਾਂ ਦਾ ਨਾਸ ਕਰਨਗੇ। ਤੁਹਾਡਾ ਅਤੇ ਸਾਡਾ ਵਾਅਦਾ ਪੂੜੀਆਂ ਛੋਲਿਆਂ ਦਾ ਸੀ, ਉਹ ਛਕ ਲਿਆ ਅਤੇ ਪ੍ਰਸ਼ਾਦ ਲਓ ਅਤੇ ਜਾਓ। ਬਹੁਤ ਥਾਈ ਗੁਰਬਾਣੀ 'ਚ ਲਿਖਿਆ ਹੈ, ਸਾਧੂ ਕੋ ਮਿਲਣੇ ਜਾਈਏ, ਫਿਰ ਕਿਵੇਂ ਕਿਵੇਂ ਜਾਈਏ, ਕੀ ਕੁਝ ਹੋਣਾ ਚਾਹੀਦਾ, ਸਾਥ ਨਾ ਲੀਜੇ ਕੋਈ, ਐਵੇਂ ਨਾ ਵਾਧੂ ਘਾਟੂ ਗੱਲਾਂ ਜਾਂ ਚੱਕਿਓ, ਵਾਧੂ ਫੁਰਨੇ ਸੰਕਲਪ ਖਿਆਲ, ਭਰਮ ਵਹਿਮ ਭਰਮ, ਇਹ ਕੁਝ ਨਾ ਕਰਿਓ। ਪਾਸ਼ੇ ਪਾਓ ਨਾ ਦੀਜੀਏ, ਆਗੇ ਹੋਏ ਸੋ ਹੋਏ। ਇੱਕ ਤਾਂ ਮਹਾਂਪੁਰਸ਼ਾਂ ਕੋਲ ਜਾਣਾ ਹੋਵੇ, ਵਾਧੂ ਘਾਟੂ ਖਿਆਲ ਭਰਮ ਇਹ ਚੀਜ਼ਾਂ ਨਹੀਂ ਲੈਣੀਆਂ, ਸਾਥ ਪ੍ਰਭੂ ਦਾ ਸਿਮਰਨ ਹੋਵੇ, ਨਾਮ ਹੋਵੇ, ਮਨ ਜੁੜਿਆ ਹੋਵੇ, ਫਿਰ ਪਿੱਛੇ ਨਹੀਂ ਪੈ ਰੱਖਣਾ। ਮਹਾਂਪੁਰਸ਼ ਤਾੜਨਾ ਕਰਨ, ਕੁੱਟਣ, ਮਾਰਨ, ਚੰਗਾ ਕਹਿ ਭਲਾ ਕਹਿਣ, ਫਿਰ ਨਹੀਂ ਪਿੱਛੇ ਪੈਰ ਧਰਨਾ। ਅੰਮ੍ਰਿਤਸਰ ਦੀ ਸੰਗਤ ਨੂੰ ਜਦੋਂ ਬਾਬਾ ਜੀ ਨੇ ਆਹ ਗੱਲ ਕਹੀ ਨਾ, ਸੰਗਤ ਨੂੰ ਗਿਆਨ ਹੋ ਗਿਆ, ਅੱਖਾਂ 'ਚ ਆਂਸੂ ਆ ਗਏ, ਆਪਣੀ ਗਲਤੀ ਦਾ ਪਸ਼ਚਾਤਾਪ ਕਰਨ ਲੱਗੇ ਸਾਰੇ।
ਕਿ ਏਡੇ ਵੱਡੇ ਮਹਾਂਪੁਰਸ਼ਾਂ ਕੋਲ ਆਏ ਅਸੀਂ, ਜਿੱਥੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਕਿ ਮਹਾਂਪੁਰਸ਼ਾਂ ਤੋਂ ਨਾਮ ਦੀ ਦਾਤ ਮਿਲਦੀ, ਜਿਸ ਵੱਖਰ ਕੋ ਲੈਣ ਤੂੰ ਆਇਆ। ਆਪਾਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਹੀ ਮੰਨਣੇ ਆ। ਰਾਮ ਨਾਮ ਸੰਤਨ ਘਰ ਪਾਇਆ ਬਈ ਗੁਰਮੁਖਾ, ਜਿਹੜੀ ਵੱਖਰ ਤੂੰ ਲੈਣ ਆਇਆ ਨਾ ਚੀਜ਼, ਉਹ ਸੰਤਾਂ ਕੋਲ ਜਾ, ਉਹਨਾਂ ਦੀ ਸੇਵਾ ਕਰ, ਸੰਗਤ ਕਰ, ਉੱਥੋਂ ਮਿਲੇਗੀ। ਹੰਕਾਰ ਛੱਡ ਕੇ ਕਰੀ, ਮਨ ਦਾ ਮਨ ਦੇ ਕੇ ਕਰੀ, ਮਨ ਦੇ ਮੁੱਲ ਮਿਲਣੀ ਹੈ। ਤਾਜਬ ਮਾਹਣ ਲਿਹੋ ਮਨ ਮੋੜ, ਰਾਮ ਨਾਮ ਹਿਰਦੇ ਮੈਂ ਤੋੜ, ਹਿਰਦੇ ਚ ਧੋਲਿਆ ਜਾਏਗਾ। ਇਸ ਤਰ੍ਹਾਂ ਤੇਰਾ ਹਿਰਦਾ ਜੁੜੇ, ਜਿਹੜੀ ਤੂੰ ਸੇਵਾ ਕਰਦਾ ਮਨੋਰਥ ਰੱਖ ਕੇ ਕਰ ਵੀ ਮੈਨੂੰ ਆਹ ਦਾਤ ਚਾਹੀਦੀ। ਬਾਬਾ ਜੀ ਕਹਿੰਦੇ ਸੀ ਚੱਕੀ ਚਲਾਉਣੀ ਹੈ ਨਾ, ਉਹਦੇ ਚ ਦਾਣੇ ਪਾ, ਫਿਰ ਤਾਂ ਆਟਾ ਬਣ ਕੇ ਨਿਕਲੇਗਾ। ਤੂੰ ਕੁਝ ਵੀ ਨਹੀਂ ਪਾ ਰਿਹਾ, ਉਹਦੀ ਕੋਈ ਵੀ ਚੀਜ਼ ਨਹੀਂ ਬਣ ਕੇ ਨਿਕਲੇਗੀ। ਤੇਰੀ ਭਾਵਨਾ ਹੋਵੇ ਕਿ ਮੇਰਾ ਮਨ ਨਹੀਂ ਟਿਕਦਾ, ਮੇਰਾ ਧਿਆਨ ਲੱਗ ਜਾਏ, ਮੈਨੂੰ ਬਾਣੀ ਦਾ ਰਸ ਆਏ, ਜੋ ਵੀ ਤੇਰੀ ਮਨ ਦੀ ਬਿਰਥਾ ਹੈ ਨਾ, ਗੁਰੂ ਅੱਗੇ ਅਰਦਾਸ ਕਰ। ਛੋੜ ਸਿਆਣਪ ਸਗਲ, ਕਮੀਆਂ ਆਪਣੀ ਚ ਭਰੀਆਂ ਹੋਈਆਂ ਨੇ, ਹਰ ਕਮੀ। ਹਿੰਦੂ ਧਰਮ ਦਾ ਇਹ ਕਹਿਣਾ ਹੈ ਕਿ ਜਿਹੜਾ ਸ਼ਾਮ ਨੂੰ ਆਰਤੀ ਕਰਦਾ ਹੈ, ਦੀਪਕ ਜਲਦੇ ਆ, ਜਿਵੇਂ ਜਿਵੇਂ ਉਹ ਘਿਓ ਬੱਟੀ ਸੜਦੀ ਹੈ, ਜਿਵੇਂ ਜਿਵੇਂ ਕਪੂਰ ਸੜਦਾ ਹੈ, ਉਵੇਂ ਉਵੇਂ ਤੇਰੇ ਪਾਪ ਸੜਦੇ ਆ। ਉਹ ਪਾਪਾਂ ਦੀ ਨਾਸ ਵਾਸਤੇ ਆਰਤੀ ਵਿੱਚ ਖੜੇ ਹੁੰਦੇ ਆ ਵੀ ਸਾਡੇ ਪਾਪ ਦਾ ਨਾਸ ਹੁੰਦਾ ਹੈ। ਸੁਣੀਏ ਦੂਹ ਪਾਪ ਖਾਣਾ, ਤੁਮੀ ਸ਼ੋਦਰ ਦੇ ਵਿੱਚ ਰਹਿ ਰਸ ਦੇ ਵਿੱਚ ਆਪਣੇ ਪਾਪਾਂ ਨੂੰ ਨਾਸ ਕਰਨ ਦੀ ਬਿਰਥਾ ਲਏ, ਅੰਮ੍ਰਿਤ ਵੇਲੇ ਭਗਤੀ ਲੈਣ ਦੀ ਬਿਰਥਾ ਲਏ, ਮੰਗ ਗੁਰੂ ਦੇ ਕੋਲੋਂ। ਪਰ ਉਹਨਾਂ ਨੇ ਕਿਹਾ ਮੰਗਣ ਵਾਲੀ ਚੀਜ਼ ਜਿਹੜੀ ਸਹੀ ਹੈ ਨਾ ਉਹ ਮੰਗੀ, ਝੂਠੀਆਂ ਨਾ ਮੰਗੀ। ਮੰਗਣਾ ਤਾਂ ਸੱਚ ਇੱਕ ਕਹਿੰਦੇ ਆ ਮੰਗ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ, ਮੰਗਣਾ ਮੰਗ ਹੋ, ਮੰਗੋ ਸੰਤਨ ਰਹਿਣਾ, ਮੰਗ ਸੰਤਾਂ ਦੀ ਧੂੜੀ, ਮੰਗ ਗੁਰੂ ਦੇ ਦਰਸ਼ਨ, ਦਰਸ਼ਨ ਮੰਗੋ ਦੇਹ ਪਿਆਰੇ, ਮੰਗਣ ਵਾਲੀ ਚੀਜ਼ ਮੰਗ। ਝੂਠੀ ਦੋਸਤੀ ਨਾ ਮੰਗੀ, ਝੂਠਾ ਧਨ ਨਾ ਮੰਗੀ, ਝੂਠੇ ਲੋਭ ਲਾਲਚ ਨਾ ਮੰਗੀ, ਝੂਠੇ ਪਦਾਰਥ ਨਾ ਮੰਗੀ, ਝੂਠੇ ਸੁੱਖ ਨਾ ਮੰਗੀ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਵੀ ਨਾ ਲਵੀ। ਸੇਵਾ ਮੰਗੀ ਕਿ ਮੈਨੂੰ ਸੇਵਾ ਮਿਲੇ, ਸੇਵਾ ਮੰਗੇ ਸੇਵਕੋ, ਸੰਤਾਂ ਦੀ ਧੂੜ ਮੰਗੀ। ਤੇਰੇ ਦਰਾਂ ਦੀ ਧੂੜ ਬਣ ਜਾਵਾ, ਮੈਂ ਹੋਰ ਕੁਝ ਨਹੀਂ ਉਹ ਮੰਗਦਾ, ਤੇਰੇ ਦਰਾਂ ਦੀ ਧੂੜ।